ਕਮਰੇ ਇੰਨੇ ਆ ਕਿਹੜਾ ਨੰਬਰ ਦਸੀਏ ਇਹਨੂੰ ਕਲੱਬ ਡਾਂਸਰ ਰੱਖ ਲੈ ਇੱਥੇ ਇਹ ਤੇ ਹੈ ਵਾ ਆ ਕੇ ਜਿੰਨੇ ਵੀ ਪੈਸੇ ਹੋਟਲ ਚ ਆਉਣ ਤੇ ਇੱਥੇ ਹੀ ਰਹਿਣ ਮਗਰ ਸਾਹਿਬ ਜੀ ਮੈਨੂੰ ਇਹ ਦੱਸੋ ਮੈਨੇਜਰ ਸਾਹਿਬ ਆ ਰਿਸੈਪਸ਼ਨ ਵਾਲੀ ਕੁੜੀ ਕਿਉਂ ਨਹੀਂ ਆਈ ਆਹੋ ਇਹ ਲੈ ਸੀ ਤੁਸੀਂ
बारिश हो पनाह मिल जू नहीं कोई नी मैं फैसला बाद उंगल तोल लू इस गल तो बाद जेदा फोत हो गया मोटा गल सुनो मेरी एक मिनट इंज खलो तेरा दो मिनट में आख ला लाला जिम्मे तू जज्बाती है ना तेरे अर्गी कुड़ी दो बारी ना कर दी क्यों? अच्छा? नहीं नहीं मैं नहीं, नहीं। चलो ठीक डर लगना पता नहीं सची मुझे जुलूस आ गया जो बारिश पी थे पैर से नहीं भेजते हो ਐਵੇਂ ਗੱਲ ਕੀਤੀ ਆ ਪੈਰ ਕਿੱਥੋਂ ਭੇਜਣੇ ਆ ਲੈਂਡਰ ਤੇ ਇੰਨਾ ਵਧਾ ਕੇ ਪਾਇਆ ਵਾ ਲੈਂਡਰ ਧਿਆਨ ਚਲਾ ਗਿਆ ਤੇਰੀ ਬੇਸਮੈਂਟ ਖੁੱਲੀ ਪਈ ਆ ਕੋਈ ਗੱਲ ਓ ਯਾਰ ਖੁਦਾ ਦੀ ਕਸਮ ਅੱਗੇ ਮੈਂ ਅੱਧਾ ਡਰਾਮਾ ਭੁੱਲ ਗਿਆ ਯਾਰ ਨਹੀਂ ਤੂੰ ਫਿਰ ਕਿਉਂ ਕੋਈ ਨਹੀਂ ਜੇ ਤਾਂ ਯਾਰ ਮਿਹਰਬਾਨੀ ਯਾਰ ਜੇ ਤੂੰ ਅੱਧਾ ਭੁੱਲ ਗਿਆ ਕੋਈ ਨਹੀਂ ਪੂਰਾ ਕਰ ਦੇਣਗੇ ਬੇਫਿਕਰ ਹੋ ਅੱਛਾ ਮੇਰੇ ਦੱਸ ਕੋ ਕਸਟਮਰ ਆਇਆ ਵਾ ਕੰਮ ਬੰਦੇ ਨੇ ਛੱਡ ਦਿੱਤਾ ਹੁੰਦਾ ਵਾ ਨਾ ਨਹੀਂ ਕਰਿਆ ਕਰੋ ਮਾਸ਼ਾਅੱਲਾ बच्चे ने कच्ची नहीं पाई कर ली भैन पेश अच्छा एरी बुढ़ी भी कहनी हुई वो तो ड्रामे ते गए वो तो आवे तेरी भी कहनी बंदा पूछे भी ये फिकरा ये वास्ते बने है वो तो भाई तुम सैर शीशे च वेखो ओ बंदे ने कहा इन्हें नीवी पाड़ी लगता कि सार जंदा आ गया ओ तेरी मां का किड़ा पैरा लगा होए तू इतने पता नहीं किड़ा मैच करवाना शुरू किया है अल्लाह पाक की कसम हूं ओ ਜਿਹੜੇ ਜਿਹੜੇ ਤੈਨੂੰ ਨਜ਼ਰ ਆਉਂਦੇ ਆ ਨਾ ਆਪਣੀਆਂ ਭੈਣਾਂ ਵਿਆਹ ਦੇ ਪਾਰ ਲਾ ਦੇ ਇਹਨੂੰ ਇਹਨੂੰ ਸਾਲੇ ਨੂੰ ਜੀਂਦੇ ਬੰਦੇ ਨਹੀਂ ਦੱਸਦੇ ਇਹੋ ਜਿਹਾ ਅਚਾਨਕ ਰੋਣ ਦੇ ਆ ਕੀ ਇਹ ਜਿਹੜਾ ਅੱਖਿਆ ਦੇਖ ਰੋ ਰਿਹਾ ਆਰੀ ਬੁੱਢੀਆਂ ਵਾਲੇ ਬੰਦੇ ਵਾਲੀ ਬੋਲੀ ਆ ਇਹਦੇ ਅਰਗਾ ਅੱਖਿਆ ਦੇਖ ਰੋ ਰਿਹਾ ਇਹਦੇ ਅਰਗਾ ਅੱਖਿਆ ਦੇਖ ਉਹ ਤੇਰੀ ਭੈਣ ਨਹੀਂ ਗਈ ਆ ਤੇਰੀ ਭੈਣ ਨਹੀਂ ਗਈ ਤੇਰੀ ਭੈਣ ਨਹੀਂ ਗਈ ਆ ਕਿਆ ਬਿਆ ਹੋਈ ਅੱਜ
ਪਤਾ ਨਹੀਂ ਇਹਨਾਂ ਨੇ ਬੰਦੇ ਵਾਲੀ ਮੈਮਰੀ ਕਿੱਥੇ ਆ। ਉਹ ਚੇਈ ਚੇਈ ਭੈਣ ਨਿਕਲ ਗਈ, ਚੇਈ ਭੈਣ ਨਿਕਲ ਗਈ ਆ, ਚੇਈ ਵੀ ਨਿਕਲ ਗਈ ਆ। ਆਰਾਮ ਦਿਆ ਬੰਦਿਆਂ ਨੂੰ ਬੋਲ ਜਿੱਦਾਂ ਅਸੀਂ ਬੋਲਦੇ ਆ। ਉਹ ਚੇਈ ਭੈਣ ਨਿਕਲ ਗਈ, ਚੇਈ ਭੈਣ ਨਿਕਲ ਗਈ ਆ, ਚੇਈ ਨਹੀਂ ਨਹੀਂ ठंडा कर लिया, तेरी भैन निकल गई ਆਰਾਮ ਤੇਰੀ ਬੋਲੀ ਵੇਖ ਲੋ, ਬੋਲੀ ਕੀ ਭੈਣ ਦੇਣੀ ਆ ਮੈਨੂੰ, ਆ ਤੇਰੀ ਭੈਣ ਨਹੀਂ ਕਹੀ ਤੇਰੀ ਬੋਲੀ ਬੋਲੇ। ਇਹ ਸਾਲੇ ਨੂੰ ਜੁੱਤੀ ਨਹੀਂ ਲੱਭੀ ਤੇ ਦੇਹੀ ਚ ਧਮਾਲਾ ਪਾ ਕੇ ਆਇਆ ਵਾ। ਆ ਤੇ ਦੇਹੀ ਚ ਮਾਰੇ ਕਈ ਭੈਣ ਨਿਕਲ ਗਈ ਆ, ਇਹ ਭੈਣ ਨਿਕਲ ਗਈ ਹੋਈ ਤੇਰੀ ਭੈਣ ਨਿਕਲ ਗਈ ਆ। ਤੁਸੀਂ ਜ਼ੋਰ ਘੱਟ ਲਾਓ, ਇੰਜਣ ਦਾ ਕੰਮ ਨਿਕਲ ਆਉਣਾ। ਅੱਛਾ ਦੇਹੀ ਵੀ ਭੈਣ ਨਿਕਲ ਗਈ ਆ, ਜੇ ਤੁਸੀਂ ਡਰਾਮਾ ਸਹੀ ਨਹੀਂ ਕਰਦੇ। ਸਾਲਾ ਕਹਿੰਦਾ ਸਾਨੂੰ ਕਿੱਦਾਂ ਚੜ ਚੜ ਆਉਂਦੇ ਆ ਵਾ, ਕਿਸ ਤਰ੍ਹਾਂ ਇੰਨੀਆਂ ਦੀਆਂ ਚਾਰ। ਅੱਛਾ ਤੇ ਫਿਰ ਕਈ ਭੈਣ ਉਹ ਕਰੋ ਯਾਰ ਕੇ ਆ ਚੀਜ਼ ਤੇ ਵਾਪਸ ਆ ਗਈ ਆ। ਸਹੀ ਤਰ੍ਹਾਂ ਕਿਹਾ ਕਰ, ਚੰਗਾ ਭਲਾ ਬੰਦਾ ਨਿਆਣੇ ਵਾਲਾ ਆ ਤੂੰ, ਬੰਦਾ ਤੂੰ ਭੈਣ ਦੇ ਕੇ ਵੇਖ ਲੈ, ਮੈਂ ਬੰਦਾ ਹੀ ਆ, ਮੈਂ ਕਿੱਥੋਂ ਕਹਿੰਦਾ ਭੈਣ ਦੀ ਕਹਿ ਗਈ ਆ। ਲੋ ਭਾਂਡੇ ਤੁਸੀਂ ਤਮਾਸ਼ਾ ਵੇਖ ਲਿਆ ਤੇ ਮੈਂ ਆਪਣੇ ਜਾਨਵਰ ਬੰਨਦੇ ਆ, ਇਹਨਾਂ ਨੂੰ ਤਮੀਜ਼ ਨਹੀਂ ਹੈਗੀ। ਤੂੰ ਹਰਾਮ ਦੇ ਸਹੀ ਤਾਂ ਬੋਲੀ ਬੋਲ, ਕਿਉਂ ਨਹੀਂ ਸਹੀ ਤਰ੍ਹਾਂ ਬੋਲਦਾ, ਜੋ ਸਹੀ ਨਹੀਂ ਬੋਲਦਾ। ਆ ਵੇਖੀ ਆ ਬੋਲ, ਸਹੀ ਤਰ੍ਹਾਂ ਗੱਲ ਕਰ, ਆ ਆ ਉਹਨ ਸਹੀ ਆ ਕਰੀ ਗੱਲ ਕਰ। ਆ ਉਹਨ ਬੰਦੇ ਵਾਲੀ ਬਾਤ ਕਰਨ ਲੱਗਾ, ਕਰ ਕਰ ਅੱਗੇ ਹੋ ਚੱਲ। ਸਾਲੇ ਨੂੰ ਬੂਟ ਨਹੀਂ ਲੱਭੇ, ਆ ਸਾਰੇ ਨੂੰ ਬੂਟ ਨਹੀਂ ਲੱਭੇ, ਸਾਰੇ ਬੂਟ ਨਹੀਂ ਲੱਭੇ ਭਾਜੀ, ਆ ਬੂਟ ਨਹੀਂ ਲੱਭੇ। ਉਹ ਨਹੀਂ ਕਰ ਆਪ ਇੰਨੇ ਕੁ ਕੰਮ ਦਾ 10,000 ਲੈ ਲੈਣੀ, ਇੰਨੇ ਕੁ ਦਾ ਤੂੰ ਵੀ ਤਾਂ ਚਾਲ ਦੇ 60 ਰੁਪਏ ਲੈ ਹੀ ਲੈਣਾ, ਤੂੰ ਵੀ ਤਾਂ ਚਾਲ ਦੇ 60 ਰੁਪਏ ਲੈ ਲੈ ਸਾਨੂੰ ਬੜੀਆਂ ਗੱਲਾਂ ਕਰਦੀ ਆ, ਆਪ ਵੀ ਤੇ 4-7 ਰੁਪਏ ਲੈਣੀ ਆ। ਜਨਾਜ਼ੇ ਤੇ ਮਾਰ ਖਾ ਲਈ, ਕਹਿੰਦੇ ਕਲਮਾ ਸ਼ਹਾਦ ਕਹਿੰਦੇ ਕਈ ਭੈਣ ਨਿਕਲ ਗਈ ਆ, ਇਹਦਾ ਅੱਬਾ ਜੀ ਅੰਮੀ ਕੋ ਗਿਆ ਮੂੰਹ ਕੱਢ ਕੇ ਕਹਿੰਦੇ ਕਈ ਭੈਣ ਨਿਕਲ ਗਈ ਆ।
ਕਿਸੇ ਬੰਦੇ ਪਿੱਛੇ ਲੱਗੋ ਤੁਸੀਂ ਵੀ ਰਕਸ਼ੇ ਪਿੱਛੇ ਲੱਗੇ ਇਹ ਸਾਲਾ ਪਿੰਡਾਂ ਥਾਵਾਂ 'ਚ ਜਾ ਕੇ ਕਹਿੰਦਾ ਮੈਂ ਨਵਾਜ਼ ਸ਼ਰੀਫ ਹਾਂ ਬੱਤੀ ਪਚੱਤਰ
ਇੱਥੇ ਤਾਂ ਆ ਕੇ ਵੇਖ ਓਏ ਹੋਏ ਹੋਏ ਓਏ ਹੋਏ ਓ ਮੇਰੀ ਜੁੱਤੀ ਪਈ ਓ ਓਏ ਹੋਏ ਓਏ ਹੋਏ ਹੋਏ ਆਈ ਅੰਮੀ ਜਾਨ ਪਤਾ ਨਹੀਂ ਮੈਂ ਇਹ ਕਮਰੇ ਦਾ ਰੈਂਟ ਕੀ ਆ ਜੀ ਕਮਰੇ ਦਾ ਰੈਂਟ ਦੱਸ ਸਰ 5000 ਰੁਪਿਆ ਲਵਾਂਗੇ ਤੁਹਾਡੇ ਕੋਲੋਂ ਏਸੀ ਵਾਲੇ ਕਮਰੇ ਦਾ ਪੱਖੇ ਵਾਲੇ ਕਮਰੇ ਦਾ 2000 ਰੁਪਿਆ ਪੱਖੀ ਵਾਲੇ ਦਾ 800 ਰੁਪਿਆ ਤੇ 600 ਰੁਪਿਆ ਉਸ ਕਮਰੇ ਦਾ ਜਿਹਦੇ ਅੱਗੇ ਪੱਖੀ ਖਿਲਾਰ ਕੇ ਤੁਸੀਂ ਮੂੰਹ ਨਾ ਇੰਜ ਕਰਨਾ ਵਾ ਤੈਨੂੰ ਦੋਸਤੋ ਡੁੱਬ ਕੇ ਮਰ ਜਾ ਓਏ ਹਰਾਮ ਦਿਆ ਓਏ ਖਾਨਦਾਨੀ ਆਦਮੀ ਆ ਕਰੋੜਾਪਤੀ ਆ ਹੈ ਬਗੈਰਤਾ ਮੈਨੂੰ ਗਰੀਬ ਸਮਝਿਆ 5000 ਰੁਪਿਆ ਥੋੜੇ ਜੇ ਘੱਟ ਤਾਂ ਕਰੋ ਲੈ ਰਾਤੀ ਪਤਾ ਲੱਗਾ ਕੰਜਰ ਫੜੇ ਗਏ ਸਾਡੇ ਤੇ ਮੁਕੰਦਰ ਵੀ ਇਹਦੇ ਜਿਹੜਾ ਸਫਾਈ ਵਾਕਫ ਹੁੰਦਾ ਗੁਜਰਾਤ ਗਿਆ ਹੁੰਦਾ ਉਹਨੂੰ ਫੋਨ ਕਰੀਏ ਨਾ ਕਿੱਥੇ ਆ ਭਾਜੀ ਮੈਂ ਫੜਿਆ ਗਿਆ ਆ ਔਰ ਮੈਂ ਜਨਾਜ਼ੇ ਨਾਲ ਮੈਂ ਤੈਨੂੰ ਕਰਦਾ ਗੱਲ ਉਹ ਦੋ ਜਨਾਜ਼ੇ ਹੋ ਜਾਂਦੇ ਇੱਕ ਸਾਡਾ ਹੋ ਜਾਂਦਾ ਇੱਕ ਉਹਦਾ ਹੋ ਜਾਂਦਾ ਕਮਰਾ ਦੱਸੋ ਜੀ ਕਮਰਾ ਇਹਨੂੰ ਦਿਓ ਜੀ 8ਵੀਂ ਬਿਲਡਿੰਗ ਦੇ ਉੱਤੇ ਕਮਰਾ ਦਿਓ 8ਵੇਂ ਫਲੋਰ ਤੇ ਸਾਰੇ 8ਵੇਂ ਫਲੋਰ ਤੇ ਰਕਸ਼ਾ ਜਾਂਦਾ ਹੀ ਨਹੀਂ ਕਮਰਾ ਕਿੰਨੇ ਨੰਬਰ ਕਮਰਾ ਆ 8ਵੇਂ ਫਲੋਰ ਤੇ 627 ਨੰਬਰ ਕਮਰਾ ਸਰ ਆ ਪਰੇ ਹੋਈ ਜ਼ਰਾ ਕਿ ਆ ਸਾਹਮਣੇ ਆ ਕੰਨ ਦਾ ਤਾਂ ਮੁੱਕ ਗਿਆ ਆਰਾਮ ਦੇ ਕਿਹੜੀ ਤੇਰੀ ਮਾਂ ਦੇ ਖੁੱਡੇ ਦੇ ਵਿੱਚ ਬਿਲਡਿੰਗ ਬਣੀ ਤੈਨੂੰ ਜੀ ਪਤਾ ਇੱਥੇ ਮੁੱਕ ਜਾਂਦਾ ਵਾ ਤੇ ਇੱਥੇ ਭੈਣ ਦੇਣ ਆਇਆ ਤੂੰ ਅੱਛਾ ਜੀ 5000 ਰੁਪਇਆ ਆ ਲਓ ਜੀ 5000 ਇੱਕ ਚਾਹੀਦਾ ਆ ਸ਼ਾਦੀ ਹਾਲ ਅੱਛਾ ਰੁਪਏ ਤੁਹਾਡਾ ਫਾਲਤੂ ਆ ਗਿਆ ਨਹੀਂ ਰੱਖੋ ਸਾਲੀਏ ਏਡੀ ਤੂੰ ਇਮਾਨਦਾਰ ਨਹੀਂ ਲੈ ਸਰ 5000 ਕਿਸੇ ਦਾ 100 ਘੱਟ ਹੋਵੇ ਵੀ ਬੋਲਣੀ ਵੀ ਡੱਬੀ ਕ ਰੱਖ ਲੈਣੀ ਆ ਸ਼ਾਦੀ ਹਾਲ ਚਾਹੀਦਾ ਮੇਰੇ ਪੈਸੇ ਗਿਣ ਲੈਂਦੇ ਹੋ ਜਨਾਬ ਸ਼ਾਦੀ ਹਾਲ ਜੀ ਚਲੋ ਚਲੋ ਗਿਣ ਲਓ ਗਿਣ ਲਓ ਏਡੀ ਹਰਾਮ ਦੀ ਆ ਪਤਾ ਵੀ ਜਾਲੀ ਫੇਰ ਠੁੱਕ ਲਾਉਣ ਡਈ ਉਹਨੂੰ ਪਤਾ ਨਾ ਠੁੱਕ ਦੀ ਕਦਰ ਕੀ ਆ ਦੋ ਪਹੀਆਂ ਦਾ ਚਲਾਉਂਦਾ ਪਾਗਲੇ ਤੂੰ ਸ਼ਾਦੀ ਹਾਲ ਚਾਹੀਦਾ ਜਿਹਦੇ ਵਿੱਚ 2000 ਬੰਦਾ ਆ ਜਾਏ 2000 ਕਮਰੇ ਦਾ 5000 ਰੁਪਇਆ ਹੋ ਗਿਆ ਰਕਸ਼ੇ ਦੀ ਪੰਜਾ ਆਵੇ ਤੇ ਚੀਕਾਂ ਲਾ ਪੈਂਦਾ ਸ਼ਾਦੀ 'ਚ 2000 ਬੰਦਾ ਤੇਰੀ ਐਡੀ ਵਾਕਫੀਅਤ ਕਿੱਥੋਂ ਇਹ ਐਡੀ ਵਾਕਫੀਅਤ ਕਿਤੇ ਰਕਸ਼ੇ ਵਿੱਚ ਆ ਜਾਵੇ 2000 ਨੂੰ ਕੀ ਕਰਨਾ ਪੈਣਾ ਇਹਦਾ ਗੁੱਸਾ ਨਾ ਕਰੋ ਪੈਟਰੋਲ ਤੋਂ CNG ਤੇ ਕਰੀ ਐਂਜੀ ਕਰਦਾ ਭਾਈ ਜੀ ਸ਼ਾਦੀ ਹਾਲ ਦਾ ਕਿਰਾਇਆ ਕੀ ਹੈ ਉਹਦਾ ਕਿਰਾਇਆ 18 ਤੇ 20000 ਰੁਪਇਆ ਹੋਇਆ ਉਰੇ ਆ ਕੀ ਹੈ ਯਾਰ ਤੂੰ ਕਿੱਡਾ ਗਰੀਬ ਆਦਮੀ ਹੈ ਤੈਨੂੰ ਸ਼ਾਦੀ ਹਾਲ ਦੇ ਕਿਰਾਏ ਦਾ ਨਹੀਂ ਪਤਾ ਦੱਸੋ ਅੱਲਾ ਦੀ ਕਿਸੇ ਕਿੱਡਾ ਗਰੀਬ ਹੈ ਇਹ ਸਿਆਣਿਆਂ ਨੂੰ ਇਹ ਨਹੀਂ ਪਤਾ ਰੈਡ ਬੁਲ ਕਿਹਨੂੰ ਕਹਿੰਦੇ ਸਮਝ ਇਸਲਾਮਾਬਾਦ ਟਾਈਮ ਜਾਂਦਾ ਆ ਹੁਣ ਰਾਣੀ ਜੂ ਦਾ ਡੱਬਾ ਦੇ ਘਰ ਸਿੱਟ ਦੇ ਘਰ ਖਾਲੀ ਹੋ ਜਾਣਾ ਰਾਤੀ ਕੋਈ ਬੰਬ ਸਿੱਟ ਗਿਆ ਕਿੱਡੇ ਕੇ ਗਰੀਬ ਆ ਵੀ ਅੱਬਾ ਇਹਦਾ ਠੀਪੇ ਵੀ ਥੁੱਕ ਲਾ ਕੇ ਗਿਣਦਾ ਕਿਤੇ ਬੱਦਲ ਆਏ ਇਹ ਸਾਈਕਲ ਸਾਈਕਲ ਫੈਮਿਲੀ ਤੋਂ ਇਹ ਸਾਈਕਲ ਫੈਮਿਲੀ ਚੋ ਆ ਸਾਈਕਲ ਫੈਮਿਲੀ ਚੋ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਕੀ ਕੀਮਾ ਤੁਹਾਡੇ ਘਰ ਪੱਕਿਆ ਵਾ
आप ही कड़ लो नसीर फुटनी है इंजन तो बह पे मत बची होंगी कर गल के मुंडे की शादी आ चलो ईश्वर आराम करवाइए चंगी गल कर ला जी जायज जायज लेती है तेरी गैरत किथे बन गई है अज किसे दीआं औरतां दे रेट लाउंदे अपनी गिरेबान च छाती बाहर तू भी जमिया आला वा लैणे मैं सवाक कर दा बैठा केड़ा वा जमीन ते रक्षा जी बैठा वा वालेकुम सलाम किधर सारे होटल नहीं का कमरा जनाब ऐदा हो मेरे नाल तुर पवे भाई कमरा मैंने दसो भी जरा कमरा वा कमरा ही हों भी कमरा कदों हों अल्लाह वास्ते चाहिए कमरा की करना है? की करी दा कमरा मैं दस कमरे इतने महंगे साढ़े को बड़े आ अच्छा तुसी ये दसो कमरे नू करना की सोना वा धोना वा की करना कमरा साफ सुथरा होना चाहिए साफ कमरा इदा दा होवे कि मैनू ना मजा आ जावे मैं पिछे कमरा लिया अच्छा पैसे तू पिछे कमरा ले लिया सी चौड़ा हुंदा वा
ਤੂੰ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਕਿੰਨੀ ਦੇਰ ਕੋ ਜਗ੍ਹਾ ਤੂੰ ਪਿੱਛੇ ਕਮਰਾ ਹੀ ਲੈ ਲਿਆ ਓ ਤੂੰ ਕਮਰਾ ਤਾਂ ਲਿਆ ਸਰ ਭਾਈ ਆ ਕਰਦਾ ਵੀ ਤੇਰੀ ਅੰਮੀ ਖਲੋਤੀ ਆ ਬੱਲੇ ਬੱਲੇ ਕਮਰਾ ਮੈਨੂੰ ਲੱਗਦਾ ਤੁਸੀਂ ਦੇਣਾ ਹੀ ਨਹੀਂ ਮੈਨੂੰ ਤੁਸੀਂ ਮੈਨੂੰ ਲੱਗਦਾ ਇੱਥੇ ਮੋੜ ਦੇਣਾ ਮੈਨੂੰ ਮੈਂ ਕਮਰਾ ਐਕਚੁਅਲੀ ਲੈਣ ਵਾਸਤੇ ਆਇਆ ਵਾਂ ਕਮਰੇ ਦੀ ਮੈਨੂੰ ਦੱਸ ਸਾਲਿਆ ਮੈਨੂੰ ਮਜ਼ਾ ਆਉਣਾ ਚਾਹੀਦਾ ਦਿਲ ਕਰਨਾ ਵੀ ਉੱਤੇ ਜਰਾਬ ਚੜਾ ਦੋ ਪਿੱਛੇ ਕਮਰਾ ਵੀ ਲਿਆ ਵਾ ਮੈਨੂੰ ਉਹਦੇ ਚ ਮਜ਼ਾ ਨੀ ਆਇਆ ਸਹੀ ਨਹੀਂ ਬਿਲਕੁਲ ਨੋ ਪ੍ਰੋਬਲਮ ਨਹੀਂ ਸਹੀ ਮੈਨੂੰ ਕਮਰਾ ਏਦਾਂ ਦਾ ਹੋਵੇ ਕਿ ਮੈਨੂੰ ਮਜ਼ਾ ਆਉਣਾ ਚਾਹੀਦਾ ਕਿਉਂਕਿ ਮੈਂ ਇੱਕ ਵਾਰੀ ਉਹਨੂੰ ਤਾਂ ਨੂੰ ਕਰਾਂ ਦੋ ਵਾਰੀ ਆਪੇ ਹੀ ਆਵੇ ਤੂੰ ਭਾਈ ਹੈ ਕੌਣ ਕੀ ਸਿਰਫ ਪੈਸੇ ਸਿਰਫ ਮਜ਼ੇ ਕਰਕੇ ਖਰਚ ਰਹੇ ਸਾਰੇ ਵਿੱਚ ਮਜ਼ਾ ਆਉਣਾ ਚਾਹੀਦਾ ਮੈਂ ਨਾ ਮੈਂ ਬੜਾ ਪਛਤਾ ਰਿਹਾ ਵਾਂ ਮੈਨੂੰ ਨਾ ਪਿਛਲੇ ਹੋਟਲ 'ਚ ਮਜ਼ਾ ਨਹੀਂ ਆਇਆ ਬਿਲਕੁਲ ਬਿਲਕੁਲ ਪਾਣੀ ਇੰਨਾ ਠੰਡਾ ਵੀ ਹੋ ਜਾਂਦਾ ਵਾ ਕਿ ਤੁਸੀਂ ਇੰਜ ਕਰਕੇ ਨਹਾਓਗੇ ਠੰਡਾ ਪਾਣੀ ਨਾਲ ਮਜ਼ਾ ਬਿਲਕੁਲ ਠੀਕ ਆ ਸੀਟ ਲੈਦਾ ਵਾ ਕਮੋਡ ਲੱਗਾ ਉਹਦੇ ਉੱਤੇ ਬਹਿ ਕੇ ਜੋ ਮਰਜ਼ੀ ਕਰਿਓ ਭਾਵੇਂ ਅਖਬਾਰ ਪੜਿਓ ਸਰ ਮਜ਼ਾ ਆਏਗਾ ਤੁਹਾਨੂੰ ਪਾਣੀ ਇੰਜ ਕਰਕੇ ਸ਼ਾਵਰ ਮਾਰਿਓ ਆ ਮਜ਼ਾ ਆ ਜਾਏਗਾ ਸਰ ਤੁਹਾਡੇ ਹੋਟਲ 'ਚ ਹਜੇ ਕੰਜਰ ਚੱਲੇ ਨਹੀਂ ਨਹੀਂ ਜੀ ਆਏ ਹੁਣ ਸਾਬਾ ਲੈ ਕੇ ਅੱਲਾ ਸਾਬਾ ਵੀਰੇ ਆਪਣਾ ਤੂੰ ਆਪਣਾ ਲੈ ਮੈਂ ਆਪਣਾ ਲੈਣਾ ਭਾਜਨ ਪਤਾ ਕੀ ਹੈ ਮੈਨੂੰ ਕਮਰਾ ਸਰ ਠੀਕ ਹੈ ਕਮਰਾ ਤਾਂ ਦੇ ਦਿੰਦੇ ਹਾਂ ਰੈਂਟ ਉਹਦਾ ਜ਼ਿਆਦਾ ਸਰ 4000 ਰੁਪਇਆ ਰੈਂਟ ਹੈ 4000 ਘੱਟ ਵਾ ਸਰ 24 ਘੰਟੇ ਦਾ 4000 ਘੱਟ ਆ ਵਜ਼ਨ ਬਹੁਤਾ ਵਾ 4000 ਵਜ਼ਨ ਦੇ ਹਿਸਾਬ ਨਾਲ ਨਹੀਂ ਬਣਦਾ ਸਰ ਤੁਸੀਂ ਰੇੜਾ ਤੇ ਨਹੀਂ ਤੁਸੀਂ ਤਾਂ ਪਤਾ ਨਹੀਂ ਕਿਹੜਾ ਕੰਮ ਸ਼ੁਰੂ ਕੀਤਾ ਤੁਹਾਨੂੰ ਤਾਂ ਚਾਹੀਦਾ ਪੈਸੇ ਬਹੁਤ ਜ਼ਿਆਦਾ ਲੈਣੇ ਕਿਉਂਕਿ ਜਿੱਦਾਂ ਤੁਸੀਂ ਮਜ਼ਿਆਂ ਦੇ ਕੰਟੇਨਰ ਲਵਾਏ ਆ ਸਰ ਲੇਕਿਨ ਕਮਰੇ ਦਾ ਸਿਰਫ ਕਮਰੇ ਦਾ ਕੰਟੇਨਰ ਨਾਲ ਧਿਆਨ ਨਾ ਦਿਓ ਸਿਰਫ ਕਮਰੇ ਦਾ 4000 ਰੁਪਇਆ ਕਿਰਾਇਆ ਏਸੀ ਵਾਲੇ ਦਾ 24 ਘੰਟੇ ਵਾਸਤੇ ਸਰ 4000 ਰੁਪਇਆ 24 ਘੰਟੇ ਦਾ ਜੀ ਸਰ ਤੇ 12 ਘੰਟੇ ਦੇ ਕਿੰਨੇ ਪੈਸੇ ਪਾਏ 2000 ਰੁਪਇਆ ਸਰ 12 ਘੰਟਿਆਂ ਦਾ 2000 ਰੁਪਇਆ ਜੀ ਜੀ ਤੇ 6 ਘੰਟਿਆਂ ਦਾ ਸਰ 1000 ਰੁਪਏ 3 ਘੰਟਿਆਂ ਦਾ 500 ਰੁਪਇਆ ਸਰ 1.5 ਘੰਟੇ ਦਾ 250 ਰੁਪਇਆ ਸਰ ਅੱਧੇ ਘੰਟੇ ਦਾ 90 ਰੁਪਏ 20 ਘੰਟੇ 20 ਮਿੰਟਾਂ ਦਾ 20 ਮਿੰਟਾਂ ਦਾ 30 ਰੁਪਏ ਸਰ ਆਹ 30 ਰੁਪਏ ਲਾਓ ਜਣਾ ਉਹ ਕਦਰ ਇਹ 30 ਰੁਪਏ ਫੜੋ ਭਾਜਨ ਮੈਂ ਆਉਣ ਜਾਣ ਕਰਨਾ ਸਾਰੇ
ਹੁਣ ਕੀ ਗੱਲ ਗਰਮ ਪਾਣੀ ਨਹੀਂ ਆ ਰਿਹਾ ਮੇਰੇ ਕਮਰੇ ਦਾ ਬਿਲਕੁਲ ਮਜ਼ਾ ਨਹੀਂ ਆ ਰਿਹਾ ਇਤਨਾ ਤਾਂ ਨਹੀਂ ਹੋਇਆ ਅਸੀਂ ਇਨਵੈਸਟਮੈਂਟ ਕੀਤੀ ਹੈ ਕਿੰਨੇ ਚ ਅਸੀਂ ਪੈਸੇ ਖਰਚੇ ਨੇ 30 ਰੁਪਏ ਸਾਨੂੰ ਚੀਜ਼ਾਂ ਦਿਓ ਜਿਹੜੀਆਂ ਜਿਹੜੀਆਂ ਕਿਹਾ ਵਾ ਸਾਨੂੰ ਮਿਲਣਾ ਚਾਹੀਦਾ ਵਾ ਮਸਾ ਠੰਡਾ ਗਰਮ ਪਾਣੀ ਕਰੋ ਚਲੋ ਗਰਮ ਪਾਣੀ 30 ਰੁਪਏ ਦਿੱਤੇ ਆ ਤੈਨੂੰ ਠੰਡ ਲੱਗਦੀ ਆ ਹਾਂ ਤੂੰ ਅੱਛਾ ਦਾ ਫੂਕਾ ਭੈਣ ਜੀ ਕਾ 30 ਰੁਪਏ ਜਿੰਨੀ ਦੇਰ ਅਸੀਂ ਹੈਗੇ ਨਾ ਸਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਆ ਕੀ ਬਦਤਮੀਜ਼ੀ ਹੈ ਤੇਰੇ ਸਾਹਮਣੇ ਹੋ ਰਹੀ ਆ ਬਾਜੀ ਬੀਬੀ ਜੀ ਗਰਮ ਪਾਣੀ ਕਰ ਰਿਹਾ 30 ਰੁਪਏ ਅੱਜ ਚੰਗਾ ਤੁਸੀਂ ਮੈਨੇਜਰ ਸਾਹਿਬ ਬਾਨੀ ਆ ਇੱਥੇ ਜਾਨਵਰ आपको पैसे मिलेंगे आप पिछड़ कितनी प्यारी आप अच्छा आपस में बात है एक पप्पी हो जाए मजा आएगा पैसे दूंगा आपको चलेगा चलो एक पप्पी होइए एक पप्पी होइए जो भी है पप्पी मांग रहे हैं हालांकि ये अपने बोल हाँ जी करो गल कितने स्वीट हो पता चल गया मेरा ਸਾਲਿਆ ਕੰਨ ਦਾ ਪਰਦਾ ਪਾੜਦਾ ਰਿਹਾ ਵੀ ਇਹੀ ਗਿਆ ਸੀ ਸਲੀਲ ਇਨਸਾਨ ਆਵੇ ਹੋਰ ਸਭ ਠੀਕ ਠਾਕ ਅੱਛਾ ਵੀ ਤੁਹਾਨੂੰ ਹੋਟਲ ਚਾਹੀਦਾ ਹਾਂਜੀ ਜਨਾਬ ਆਓ ਹੋਟਲ 'ਚ ਕਮਰਾ ਚਾਹੀਦਾ ਆਏ ਮੈਡਮ ਨੇ ਕਰਾਇਆ ਕਮਰਾ ਮਿਲੇਗਾ ਹਾਂ ਬਹੁਤ ਵੀਆਈਪੀ ਕਮਰਾ ਮਿਲੇਗਾ ਇਹਨੂੰ ਕਾਹਦੇ ਲਈ ਦੇਣਾ ਵਾ ਇਹਨੇ ਕਾਕਾ ਬੜੀ ਅਮੀਰ ਪਾਰਟੀ ਲੱਗ ਰਹੀ ਸਰ ਪਤਾ ਕੀ ਕਿਸੇ ਕਮਰੇ ਦਾ ਵੀ ਫਲੱਸ਼ ਨਹੀਂ ਫਸਿਆ ਨਹੀਂ ਤੇ ਧਿਆਨ ਦੇ ਦੇਣਾ ਸੀ ਫਲੱਸ਼ ਨਹੀਂ ਫਸਿਆ ਸਾਰੇ ਉਹਨੇ ਬੜਾ ਕਹਿੰਦਾ ਮੂੰਹ ਨਾ ਕਰਨੀ ਆ 5 ਮਿੰਟ ਲੈਟਾ ਬੰਦ ਬਿਲਕੁਲ ਮਜ਼ਾ ਬਿਲਕੁਲ ਮਜ਼ਾ ਨਹੀਂ ਆ ਰਿਹਾ ਮੈਨੂੰ ਤੈਨੂੰ ਇਹ ਦੱਸ ਸਾਰਿਆ ਪਾਣੀ ਕਿੱਦਾਂ ਦਾ ਚਾਹੀਦਾ ਮੈਨੂੰ ਕੋਸਾ ਕੋਸਾ ਚਾਹੀਦਾ ਕੋਸਾ ਕੋਸਾ ਚਾਹੀਦਾ ਸਾਰਾ ਇਹਦੀ ਭੈਣ ਦਾ ਕੋਸਾ ਚਾਹੀਦਾ ਹਾਂ ਇਧਰ ਆ ਇਧਰ ਕਮਰਾ ਤੁਸੀਂ ਉਹਨੂੰ ਨਾ ਬੋਲੋ ਤੁਹਾਡੀ ਪੰਜਾਬੀ ਦੀ ਭੈਣ ਨਿਕਲੀ ਬਾਤ ਐਸੇ ਇਹ ਤੇ ਮੰਨਣ ਲੱਗਾ ਤੇਰੇ ਕੰਨ ਦੀ ਮੈਲ ਖਾਣਾ ਚਾਹੁੰਦਾ ਸੀ ਤੇਰੇ ਵਿੱਚ ਰਹਿ ਗਿਆ ਤੇ ਤੇਰੇ ਨਿਕਲ ਗਿਆ ਹਾਂ ਅੱਛਾ ਲੋਕਾਂ 'ਚ ਬਾਬੇ ਆਉਂਦੇ ਆ ਚਾਰੇ ਕੁੱਤੇ ਆਉਂਦੇ ਆ ਤੂੰ ਵੀ ਕਰੇ ਨੇ ਤੂੰ ਵੀ ਕਰੇ ਨੇ ਹਾਂ ਮੇਰਾ ਹੀ ਮੁੰਡਾ ਲੱਗਾ ਤੇਰਾ ਮੁੰਡਾ ਹੋ ਨਹੀਂ ਸਕਦਾ ਕਿਉਂ ਉਹਦੇ ਤੇ ਬੋਲੋ ਸਹੀ ਹੈ ਤੇਰੀ ਤਾਂ ਭੈਣ ਨਿਕਲੀ ਹੈ ਅੱਛਾ ਭੈਣ ਨਿਕਲੀ ਹੈ ਤੂੰ ਵੀ ਕਰੇ ਨੇ ਨਰਮ ਸ਼ਾਹ ਨੂੰ ਸੇਕ ਲੱਗਾ ਤੇ ਕਾਫੀ ਲੱਗਾ ਬਾਤ ਐਸੇ ਮੁੱਤਰਮਾ ਹਾਂ ਕੰਜਰੀ ਦੇ ਬੱਚੇ आपको कैसा चाहिए आपको डबल दूंगा डबल डबल ओके डबल की जगह ट्रिपल ए पहले आप मेरी बात सुनो इसे आप लोग खुद ही डील करो ओके ओके आप मैं अंदर आपको डील ਕਮਰੇ ਦੇ ਵਿੱਚ ਤੌਲੀਆ ਟਿਸ਼ੂ ਔਰਤ ਅੱਛਾ ਔਰ ਉਹ ਯਾਰ ਉਹ ਜਿਹੜਾ ਸ਼ਕੂਰ ਆ ਉਹ ਕਿੱਥੇ ਆ ਉਹ ਕਿਹੜਾ ਦੱਲਾ ਲੈ ਓਏ ਆਹੋ ਸ਼ੋਰਾ ਆ ਸ਼ੋਰਾ ਪੋਮਾ ਪੋਮਾ ਸ਼ੋਰਾ ਅੱਛਾ ਆਹੋ ਪੋਮਾ ਗ੍ਰੇਵੀ ਵਾਲਾ ਕਿਹੜਾ ਕੁੜੀ ਦੇ ਨਾਲ ਖੁਸਰਾ ਫਰੀ
ਜਨਾਬ ਉਹ ਕਸਟਮਰ ਬੜਾ ਚੌਧਰੀ ਕਿਸਮ ਦਾ ਵਾ ਉਹ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ਟਿਸ਼ੂ ਤੌਲੀਆ ਵੀ ਚਾਹੀਦਾ ਨਾਲ ਕੁੜੀ ਵੀ ਮੰਗਦਾ ਵਾ ਅੱਛਾ ਇੱਕ ਮਿੰਟ ਫੋਨ ਕਰ ਸੁਣੋ ਸੁਣੋ ਹਾਂਜੀ ਹਾਂਜੀ ਸ਼ੇਖ ਸਾਹਿਬ ਕੀ ਗੱਲ ਬੱਚੀ ਕਹਿਣਾ ਨਹੀਂ ਮੰਨਦੀ ਆ ਕਰਾਓ ਜ਼ਰਾ ਗੱਲ ਬੱਚੀ ਨਾਲ ਕੀ ਗੱਲ ਹੈ ਸ਼ੇਖ ਸਾਹਿਬ ਨਾਲ ਕਹਿਣਾ ਨਹੀਂ ਮੰਨਦੀ ਕੀ ਉਹ ਤੂੰ ਸੰਗ ਬਣਵਾਣਾ ਲੱਖ ਲੱਖ ਕੁਛ ਨਹੀਂ ਦਾ ਚੱਲਣ ਦੇ ਮਾਰ ਗਿਆ ਬੱਚਿਆ ਅੱਛਾ 2000 ਵੱਧ ਦਿੰਦਾ ਚੱਲ ਠੀਕ ਆ ਆਣ ਕੇ ਬੁਰਸ਼ ਕਰ ਲਈ ਕੁੱਤਿਆ ਹਾਂ 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 ਚੌਧਰੀ ਸਾਹਿਬ ਬੱਚੀਆਂ ਔਰਤ ਚੰਗੀ ਆ ਮੈਂ ਕਹਿੰਦਾ ਇਦਾਂ ਦੀਆਂ ਬੱਚੀਆਂ ਹਾਂ ਤੁਸੀਂ ਵੈਸੇ ਆਪਣੀਆਂ ਭੁੱਲ ਹੀ ਜਾਓਗੇ ਸਾਡੀਆਂ ਤੇ ਹੈ ਬੁਰੀਆਂ ਤੂੰ ਚੰਗੀ ਬਲਾ ਲੋਈ ਬੱਚੀ ਆ ਰਹੀ ਇਹਦੇ ਥੱਲੇ ਸਰ ਇੱਥੇ ਆ ਰਹੀ ਅੱਜ ਇੱਥੇ ਆ ਰਹੀ ਹਾਂ ਹੋ ਰਿਹਾ ਉਧਰਕ ਹਾਂਜੀ ਹਾਂਜੀ ਤੈਨੂੰ ਕਿਹਨੇ ਕਿਹਾ ਵੀ ਹੋਟਲ 'ਚ ਬੱਚੀਆਂ ਲੈ ਕੇ ਆਉਣੇ ਤੂੰ ਵੇਟ ਪਾਉਣਾ ਇੱਥੇ ਬੱਚੀ 30 ਸਾਲ ਪਹਿਲਾਂ ਇੱਕ ਖੁੱਲ ਕੇ ਔਰਤ ਆਈ ਆ ਉਸ ਇੱਕ ਮੁੰਡਾ ਆ ਹੁਣ ਭੈਣ ਆ ਸਾਲਾ ਜਿਸ ਮੰਜੀ ਤੇ ਹੋਇਆ ਸਵੇਰੇ ਇੰਜ ਹੋ ਗਈ ਆ ਜਦੋਂ ਹੋਇਆ ਨਾ ਪਿੰਡ ਵਾਲਿਆਂ ਨੂੰ ਮਹੱਲੇ 'ਚ ਵਾਸਲ ਕਹਿੰਦੇ ਇੱਥੇ ਕਿੰਨੀਆਂ ਗੱਲਾਂ ਕਰਦੇ ਆ ਆ ਜਦੋਂ ਹੋਇਆ ਏ ਮਾਸ਼ਾ ਦੇ ਬਿਲਕੁਲ ਮਜ਼ਾ ਨਹੀਂ ਆਇਆ ਮਜ਼ਾ ਖਰਾਬ ਕਰੀ ਨਾ ਮਜ਼ਾ ਭਾਈ ਸਾਡਾ ਮਜ਼ਾ ਖਰਾਬ ਕਰੀ ਜਾਂਦਾ ਅਸੀਂ ਪੈਸੇ ਖਰਚੇ ਨੇ ਅਸੀਂ ਪੈਸੇ ਨਹੀਂ ਖਰਚਦੇ ਪੈਸੇ ਸਾਨੂੰ ਆ ਮੈਂ ਆਪ ਅੰਦਰ ਕੰਫਰਟੇਬਲ ਮਹਿਸੂਸ ਨਹੀਂ ਕਰ ਰਿਹਾ ਮੈਂ ਪਲੀਜ਼ ਮੈਨੂੰ ਕਮਰਾ ਚੇਂਜ ਕਰਕੇ ਦਿਓ ਸਾਰੇ ਕੰਫਰਟੇਬਲ ਤੈਨੂੰ ਸਿਖਾਇਆ ਕਿੰਨੇ ਮੈਂ ਤੇ ਤੂੰ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਦੱਸਦਾ ਤੂੰ ਆਪਣੇ ਪਿਓ ਦਾ ਮੈਂ ਸਪੈਲਿੰਗ ਦੱਸ ਕੀ ਆ ਇਹਦੇ ਹੈਗੇ ਆ ਕੰਫਰਟੇਬਲ ਲੱਖ 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 ਕਮਰਾ ਮੈਨੂੰ ਲੱਗਦਾ ਨਾਲ ਦਾ ਵੀ ਲੈਣਾ ਪੈਣਾ ਮੇਰੇ ਨਾਲ ਤੁਹਾਡੀ ਕੋਈ ਲੱਗਦੀ ਆ ਕਿਉਂ ਭਾਈ ਕਮ ਸੇ ਕਮ ਮੂੰਹ ਤੋਂ ਸਿੱਧਾ ਕਰੋ ਡੇਢ ਲੱਖ ਦੇ ਮਿੱਠੇ ਚੁਪੇ ਕਮਰੇ ਮੈਨੂੰ ਲੱਗਦਾ ਸਾਰੇ ਲੈਣੇ ਪੈ ਜਾਣੇ ਮੈਨੂੰ ਸਾਲਿਆ ਤੈਨੂੰ ਸਾਰੇ ਕਮਰੇ ਵੀ 130 ਦੇ ਦਾਂਗੇ ਮੈਂ 5-5 ਮਿੰਟ ਸਿਰ ਪੱਖਾ ਚਲਾਉਣਾ ਵਾ ਜਦੋਂ ਉਹਨੇ ਬੰਦ ਹੋਣਾ ਮੈਂ ਬਾਹਰ ਆ ਜਾਣਾ ਆਪਣਾ ਕੰਮ ਇੰਨਾ ਕੀ ਇਹ ਪੱਖਾ ਤੈਨੂੰ ਚਾਹੀਦਾ ਕਿ ਨਹੀਂ ਲਾਵਾ ਪੱਖਾ ਤੈਨੂੰ ਉਹ ਚਾਹੀਦਾ ਦੇਖੋ ਆਹ ਪੱਖਾ ਦੇਖੋ ਆਹ ਸਹੀ ਆ ਬਿਲਕੁਲ ਕਾਕਾ ਉਹ ਕਾਕਾ ਕਿਹੜੀ ਇਹ ਪੱਖਾ ਉਹ ਇਹ ਦੇਖੋ ਇੱਕ ਪਾਰਾ ਤੇ ਦੇਖ ਹਵਾ ਕਿੰਨੀ ਠੰਡੀ ਆ ਅਰੇ ਹਵਾ ਹੀ ਨਹੀਂ ਆ ਰਹੀ ਅੱਛਾ ਇਹ ਸਾਲੇ ਦਾ ਇੱਕ ਪਾਰ ਵਾ ਆ ਦੇਖੋ ਕੰਪੈਸਟਰ ਨਾਲ ਦੋ ਲੱਗੇ ਆ ਕੰਪੈਸਟਰ
ਉਹ ਤੁਹਾਡੇ ਨਹੀਂ ਨਾ ਲੱਗੇ ਉਹ ਜਿਹੜੇ ਇਹਨਾਂ ਦੇ ਘਰ ਲੱਗੇ ਆ ਇਹ ਮੁਹਤਰਮਾ ਤੇਰੀ ਆ ਕੁਦਰਾ ਖਰਾਬ ਤੇ ਖੱਤੀ ਮਾਰਿਆ ਬੱਚਿਆ ਇਹ ਮਾਸ਼ਾਅੱਲਾ ਸਰ ਤੇਰੀ ਮੈਂ ਭੈਣ ਕੱਟਾ ਖਰਾਬ ਦੇ ਆ ਤਮੀਜ਼ ਆ ਓ ਹੱਥ ਨਾ ਲੈ ਮੈਨੂੰ ਤੇਰਾ ਸੌਦਾ ਹੋਇਆ ਤੂੰ ਰੰਗ ਹੋਈ ਹੈ ਤੈਨੂੰ ਹੱਥ ਨਹੀਂ ਲਾਉਣਾ ਆ ਤੈਨੂੰ ਮੈਂ ਲੱਖ ਰੁਪਈਆ ਹੁਣ ਦਿੱਤਾ ਤੂੰ ਮੈਨੂੰ ਇੱਥੇ ਕਹਿ ਜਾਣਾ ਆਮਰ ਖਾਨ ਆ ਪਾਕਿਸਤਾਨ ਮੈਂ ਖੱਤੀ ਦੀਆਂ ਤੈਨੂੰ ਪੈਸਾ ਦੇਵਾਂ ਤੂੰ ਮੇਰੀਆਂ ਮੁੱਛਾਂ ਹੈ ਵੀ ਨਹੀਂ ਇੰਡੀ ਚੱਪਣੀਆਂ ਵੀ ਇਹਦਾ ਤੈਨੂੰ ਸੇਮ ਨਹੀਂ ਤੂੰ ਪਤਾ ਅਮਰ ਇਹ ਹੈਗਾ ਅਮਰ ਖਾਨ ਗੰਦੀ ਨਸਲ ਦਾ ਇਹ ਅਮਰ ਖਾਨ ਵਾ ਉਹ ਅਮਰ ਖਾਨ ਇੱਕ ਫਿਲਮ 'ਚ ਹੱਥ ਨਹੀਂ ਦਿੱਤਾ ਆਹੋ ਉਸ ਜਗ੍ਹਾ ਵਰਗਾ ਮੂੰਹ ਆ ਬੜੀ ਸੋਹਣੀ ਆ ਮਾਸ਼ਾਅੱਲਾ ਸੱਚੀ ਮੁੱਚੀ ਤੇਰੇ ਸੋਹਣੀ ਬੁੱਢੀ ਹੋਵੇ ਨਾ ਬੰਦਾ ਦੀ ਯਕੀਨ ਕਰੋ ਬੰਦਾ ਸ਼ਾਮ ਨੂੰ 7 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਕਿ ਯਾਰ ਮੈਂ ਸਵੇਰੇ ਆਫਿਸ ਜਾਣਾ ਕੱਲ੍ਹ ਮਿਲਾਂਗੇ ਬੰਦਾ ਕਹਿੰਦਾ ਮਜ਼ੇ ਕਰਨੇ ਘਰ ਜਾ ਕੇ ਤੇ ਜੇ ਬੁੱਢੀ ਹੋਵੇ ਇੱਦਾਂ ਦੀ ਬੰਦਾ ਰਾਤ ਦੇ 2:30 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਬਾਬਾ ਯਾਰ ਤੁਹਾਨੂੰ ਮੈਂ ਚਾਹ ਪਿਆਉਂਦਾ ਯਾਰ ਜਿਹਦਾ ਭਰਾ ਜਿਹਦਾ ਭਰਾ ਇਹੋ ਜਿਹਾ ਵਾ ਉਹ ਬਗੈਰ ਮੇਕਅਪ ਤੋਂ ਕਿਹੋ ਜਿਹੀ ਹੋਏਗੀ ਸੋਹਣੀ ਕੁੜੀ ਮਾਂ ਪਰਾਡੂ ਵਾਲੇ ਨੂੰ ਹੱਥ ਦੇਵੇ ਉਹ 2:30 ਵਜੇ ਰਾਤ ਨੂੰ ਰੁਕੇਗੀ ਬ੍ਰੇਕ ਲਾ ਕੇ ਇਹਦੀ ਭੈਣ ਨੇ ਯਕੀਨ ਕਰੋ ਨਕਸ਼ਿਆਂ ਨੂੰ ਹੱਥ ਦਿੱਤਾ ਦੂਰੋਂ ਵੇਖ ਕੇ ਕਹਿ ਰਹੇ ਸੀ ਪਰੇ ਹੋ ਜਾ ਵਿੱਚ ਮਾਰ ਦੂੰਗੀ ਇੱਥੋਂ ਕਰਕੇ ਬੁੱਲ ਫੜੇ ਆ ਅੱਛਾ ਪਹਿਲੀ ਗੱਲ ਰਾਤ ਨੂੰ ਆਪਣੇ ਬੰਦੇ ਨਾਲ ਸੈਕਸ ਹੀ ਕਿਹੜੀ ਕਰਨੀ ਮਿਸ਼ਤਾਕ ਹੈ ਜਾਦਤ ਹੋਵੇ ਤਾਂ ਤੇਰੇ ਪੈਰ ਦਾ ਅੰਗੂਠਾ ਚੂਸਾ ਸੱਚੀ ਮੁੱਚੀ ਸੋਹਣੀ ਕੁੜੀ ਯਕੀਨ ਕਰੋ ਸੋਵੇਗੀ ਬੜੇ ਅੱਛੇ ਤਰੀਕੇ ਨਾਲ ਸੋਏਗੀ ਉਹ ਸੁੱਤੀ ਵੀ ਸੋਹਣੀ ਲੱਗੇਗੀ ਕਿਉਂਕਿ ਸਿਰ ਥੱਲੇ ਵੀ ਸਰਾਣਾ ਲੱਤਾਂ ਦੇ ਵਿੱਚ ਵੀ ਸਰਾਣਾ ਅੱਗੇ ਪਿੱਛੇ ਸਰਾਣਾ ਸੁੱਤੀ ਡੀਸਣ ਲੱਗੇਗੀ ਇਹਨਾਂ ਦੀਆਂ ਔਰਤਾਂ ਸੌਂਦੀਆਂ ਹੀ ਆਉਂਦੀਆਂ ਜਿਵੇਂ ਬੰਬ ਧਮਾਕੇ 'ਚ ਪਈਆਂ ਫੈਸਲਾਬਾਦ ਨਾਈ ਸੀ ਉਹ ਕਹਿੰਦਾ ਠੀਕ ਹੈ ਉੱਤੋਂ ਤੋਂ ਮੈਂ ਕਰੀ ਜਾਂਦਾ ਥੱਲੋਂ ਥੱਲੋਂ ਤੂੰ ਕਰੀ ਸੁਹਾਗਰਾਤ ਤੋਂ ਅਗਲੇ ਦਿਨ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੀ ਬੁੱਢੀ ਦੇ ਕੋਲ ਜਾਂਦਾ ਮੈਨੂੰ ਬੋ ਆਉਂਦੀ ਮੈਨੂੰ ਦਵਾਈ ਦਿਓ ਡਾਕਟਰ ਕਹਿੰਦਾ ਦਵਾਈ ਦੀ ਲੋੜ ਨਹੀਂ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਹੋਣੀ ਆਪ ਆਪਣੇ ਆਪਣੇ ਸੌਰਣ ਕਹਿੰਦਾ ਮੈਨੂੰ ਸੋਹਣੀ ਕੁੜੀ ਹੈ ਨਾ ਅੱਲਾ ਨੇ ਖੁਸ਼ੀ ਵਿਖਾਉਣੀ ਆ 50 ਦਾ ਮੈਂ ਬਿਲਕੁਲ ਕੰਫਰਟੇਬਲ ਮਹਿਸੂਸ ਕਰ ਰਿਹਾ ਅਜੇ ਇੰਨਾ ਸ਼ੋਰ ਪਾਓਗੇ ਤਾਂ ਮੈਂ ਕਿਵੇਂ ਮੇਰੀ ਅੱਖ ਨਹੀਂ ਲੱਗਣ ਦੇਣਾ ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਵੀਰੇ ਮੇਰੇ 150 ਲੋਕ ਕਹਿੰਦੇ ਨੇ ਮੈਂ ਨਹੀਂ ਆ ਪਾਰੋ ਮੈਂ ਨਹੀਂ ਆਇਆ
आपकी तबीयत ऐसी मेरी रंगील जैसी मेरी तो नो 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 आप गुस्सा ना करें आपका मुंह ऐसे है जैसे मझ को नींद आ रही है और आपका मुंह भी ऐसे है ओ भाई रुको नहीं मेरी सौदा नहीं एक मिनट यार खलो यार यार तू इथे इथे तू जी तू इथे खलोता रही यार गिरेबान फड़िया चंडा मारिया इन्हें गिरेबान फड़िया ओदिया चीकां निकल गईया साले दा हाथ ही उथे गया ਇਹਨੂੰ ਕੁਛ ਨਾ ਕਹੋ ਯਾਰ ਕੱਲ ਮੈਨੂੰ ਕੋਈ ਨੂੰ ਮਿਲਣ ਵਾਸਤੇ ਗਿਆ ਵਾ ਤੇ ਰਾਤ ਨੂੰ 1 ਵਜੇ ਇਹਨੂੰ ਮੈਂ ਮਿਲਣ ਗਿਆ ਤੇ ਐ ਆਪਣੇ ਕਮਰੇ 'ਚ ਬੈਠਾ ਕਰੂ ਮੈਂ ਕਿਹਾ ਕੀ ਹੋਇਆ ਕਹਿੰਦਾ ਸਵੇਰ ਦਾ ਕਿਸੇ ਨੇ ਪੱਖਾ ਚਲਾਇਆ ਮੇਰੇ ਕੋਲ ਬੰਦ ਹੀ ਨਹੀਂ ਹੋਣ ਡਿਆ ਅੱਛਾ ਇੰਜ ਦਾ ਬੰਦਾ ਨਾ ਜੀ 10 ਕੁ ਬੰਦੇ ਸਮਝਦਾਰ ਵੇਖ ਕੇ ਲਾ ਕੇ ਜਾ ਕੇ ਬੜੀ ਅੱਛਾ ਬਾਜਾ ਬੰਦਾ ਹੁੰਦਾ ਨਾ ਅੱਛਾ ਇਹਦਾ ਨੈਣ ਨਖੀ ਉਹ ਆ ਇਹ ਵਾਹਦ ਬੰਦਾ ਤੇ ਨੈਣ ਨਖੀ ਉਹ ਆਇਆ ਨਾ ਯਕੀਨ ਕਰ ਨਵਾਂ ਹੁੱਡ ਲਿਆ ਹੁੱਡ ਨਵਾਂ ਹੁੱਡ ਪਾ ਕੇ ਬਾਜ਼ਾਰ 'ਚ ਤੁਰਿਆ ਜਾਣਾ ਤੇ ਪਿੱਛੇ ਕਿਸੇ ਨੇ ਤੇ ਟੋਪੀ ਦੇ ਵਿੱਚ ਸਦਕੇ ਦਾ ਗੋਸ਼ਤ ਰੱਖਤਾ ਨੈਣ ਨਖੀ ਇੱਦਾਂ ਦਾ ਔਰ ਇੱਦਾਂ ਦਾ ਬੰਦਾ ਘਰਦਿਆਂ ਤੋਂ ਇੰਨਾ ਆਕਿਆ ਹੁੰਦਾ ਯਕੀਨ ਕਰੋ ਤੁਰਦਾ ਫਿਰਦਾ ਆਪਣੇ ਤੇ ਲਾਣਤ ਪਾਉਂਦਾ ਰਹਿੰਦਾ ਐਵੇਂ ਤੁਰਦਾ ਫਿਰਦਾ ਦੁਰ ਫਿਟੇ ਮੇਰਾ ਯਾਰ ਲੱਖ ਦੀ ਲਾਣਤ ਮਿਟਦੀ ਆ ਚੰਗਾ ਭਲਾ ਮੈਨੂੰ ਘਰ ਦੇ ਕਹਿੰਦੇ ਤੇ ਰੋਟੀ ਖਾ ਲਾ ਮੈਂ ਐਵੇਂ ਨਾ ਕੀਤੀ ਹੁਣ ਮੈਨੂੰ ਭੁੱਖ ਲੱਗੀ ਲੱਖ ਲੱਖ ਮਿੰਟ ਐਵੇਂ ਤੁਰਿਆ ਜਾਂਦਾ ਬਾਜ਼ਾਰ 'ਚ ਆ ਜਾਓ ਉੱਥੇ ਲਾਣਤ ਪਾਈ ਜਾਊਗਾ ਤੁਰ ਫਿਟੇ ਮੂੰਹ ਮੇਰਾ ਯਾਰ ਚੰਗੀ ਭਲੀ ਵੈਗਨ ਆਈ ਸੀ ਮੈਂ ਬਹਿ ਜਾਂਦਾ ਮੈਂ ਐਵੇਂ ਨਾ ਕੀਤੀ ਵੈਗਨ ਚੱਲ ਗਈ ਮੈਨੂੰ ਅੱਕੇ ਆ ਪਿਆ ਲੱਖ ਲੱਖ ਮਿੰਟ ਚਲੀਏ ਕਹਿੰਦੀ ਮੈਂ ਮਸ਼ੀਨ ਲਾਈ ਤੂੰ ਆਪਣੀ ਭੈਣ ਨੂੰ ਲਾਇਆ
आवाज नहीं निकली पिछड़ा इतना जुल्म कर रहे हैं पूछी के बोल ओ गला जे मैं तेरा सही कर देवा भरावा मेनू डारा तू धमकी खावा नहीं नहीं गले कोलो काम ही बड़ा लंदा है अच्छा जी सामा ओ लेना ही है सामा खान दा भरा जो ए ओ जी ओ ना प्लीज मेरे कमरे दिया ना चादरें बदल दियो फ्रिज च गोश नहीं ते कावा नु सैंता सियालकोट बाबा जी हां जी बाबा जी सियालकोट ओए सही गल है बाबा जी सियालकोट दे ने कहनी है भूखे दी भूखे ने शंड पाड़ी ते बाबा जी सियालकोट दोवां नु गश पै गई सियालकोट हां जी आहा मीसनी रोटी खावे ते मंजा ना हलावे रोटी खा ले ते मंजा हिलदा ही नहीं है बाबा जी सियालकोट बाबा जी सियालकोट हां की ठीक है जे बाबा जी सियालकोट हां तू किथे लेना ਤੁਹਾਡੇ ਹਲ ਮੇਰਾ ਆਉਣਾ ਜਾਣਾ ਬਾਬਾ ਜੀ ਟੁੱਡੀਆਂ ਓ ਬੰਦਾ ਬੰਦੇ ਨੂੰ ਘੇਰੂ ਬਾਬਾ ਜੀ ਭਾਈ ਫੇਰੂ ਤੇਰੀ ਭੈਣ ਨੂੰ ਪਾਵਾਂ ਚਾਂਦੀ ਦੀ ਮੁੰਦਰੀ ਬਾਬਾ ਜੀ ਸਮੁੰਦਰੀ ਇਹ ਗੱਲ ਮੈਂ ਮੂੰਹ ਤੇ ਕਹਿਣੀ ਬਾਬਾ ਜੀ ਪਾਵਾ ਲੈਣੀ ਇਹਨੇ ਨਹੀਂ ਬਚਣਾ ਇਹਨੂੰ ਲਾਇਓ ਇਸਲਾਮਾਬਾਦ ਬਾਬਾ ਜੀ ਇਸਲਾਮਾਬਾਦ मरासी लगदा चीर ख्याल कासरो सबाई वजीर सही गल जी होटल आराम दा पता नहीं आराम दा ਅੱਜ ਤੈਨੂੰ ਮੈਂ ਪੁੱਠਾ ਪਾਣਾ ਬਾਬਾ ਜੀ ਮੱਕੂ ਆਣਾ ਆਹ ਪੁੱਠਾ ਪਾ ਲੈਂਦੇ ਹੋ ਵੈਸੇ ਜੀ ਤੁਸੀਂ ਯਾਰ ਦੇਰ ਬਣੇ ਆ ਨਹੀਂ ਮੈਂ ਇਨਫੋਰਮੇਸ਼ਨ ਚਾਹ ਨਹੀਂ ਤੁਸੀਂ ਸਿਆਣੇ ਬੰਦੇ ਹੋ ਤੁਸੀਂ ਸਿਆਣੇ ਬੰਦੇ ਹੋ ਮਾੜਾ ਜਿਹਾ ਨਿਸ਼ਾਨ ਲਾ ਦਿਓ ਅਗਲੇ ਮੇਰੇ ਵਰਗੇ ਨਾ ਹਾਂਜੀ ਹਾਂਜੀ ਮੇਰੇ ਵਰਗੇ ਕੋਈ ਝਟਕੇ ਦੀ ਮਾਰ ਨਹੀਂ ਮੇਰੇ ਦੀ ਵੈਰੀ ਗੁੱਡ ਕਿਉਂਕਿ ਤੁਸੀਂ ਆ ਗਿਆ ਹੁਣ ਝਟਕਾ ਤੁਹਾਨੂੰ ਆਖਰੀ ਜਿਹੜਾ ਜਿਹੜਾ ਆਖਰੀ ਝਟਕਾ ਤੁਸੀਂ ਲਾ ਸਕਦੇ ਹੋ ਜਿੱਥੇ ਮੈਂ ਹੁਣ ਭੇਜਣਾ ਨਾ ਉੱਥੋਂ ਆਉਣੀ ਹੈ ਹੋ ਗਿਆ ਕਿਉਂਕਿ ਹੁਣ ਮੈਂ ਤੁਹਾਨੂੰ ਪਿਸ਼ਾਵਰ ਭੇਜ ਰਿਹਾ ਕੋਈ ਗੱਲ ਨਹੀਂ ਮੈਂ ਦਲੇਰ ਪਾਈ ਗਈ ਹਾਂ ਜਗ੍ਹਾ ਹੋਣੀ ਚਾਹੀਦੀ ਹੈ ਬਸ ਮੇਰਾ ਨਾਮ ਮੇਰਾ ਹੋਣੀ ਚਾਹੀਦੀ ਹੈ ਬਣਨਾ ਚਾਹੀਦਾ ਬਸ ਉਹ ਜੇ ਚੰਗੀ ਚਾਹਨਾ ਤੇ ਆਪਣੀਆਂ ਭੈਣਾਂ ਦੇ ਕੋ ਕੰਮ ਤੇ ਪਾ ਦੇ ਓਏ ਹੋ ਹੋ ਉਹ ਮੈਨੂੰ ਪਤਾ ਚੱਲਿਆ ਮੇਰੇ ਕੋਲ ਆਪਣੀਆਂ ਮੇਕ ਭੇਜੋ ਟਿਊਸ਼ਨ ਪੜਾਵਾਂ ਤੁਹਾਡੀਆਂ ਭੈਣਾਂ ਨੂੰ ਤੁਹਾਡੇ ਲਾਮੇ ਆਂਦੇ ਨੇ ਪੂਰੇ ਮੱਲੇ ਚ ਮੇਰੇ ਕੋ ਭੇਜੋ ਆਪਣੀਆਂ ਭੈਣਾਂ ਨੂੰ ਮੈਂ ਇੱਥੇ ਨਹੀਂ ਓ ਮੈਂ ਇੱਥੇ ਪੀਂਗ ਪਾਉਣੀ ਤੂੰ ਸਾਲਿਆ ਭੈਣ ਮਰਵਾਉਣੀ ਓ ਮੈਂ ਤਾਂ ਹੁਣ ਸਮਝਾਵਾਂ ਬਾਬਾ ਜੀ ਜ਼ਮੀਨ ਬੰਜਰ ਓ ਪਰੇ ਖਲੋਤੇ ਕੰਜਰ ਤੁਹਾਡੀ ਪੈਸ ਦੀ ਗੱਲ ਇਹਨੇ ਆਪਣੇ ਮਾਂ ਪਿਓ ਇਹਨੇ ਇਹਨੂੰ ਜਾਣਦੇ ਕੰਜਰ ਕੀ ਹੁੰਦਾ ਹੈ ਇਹ ਕੰਜਰ ਕੀ ਹੁੰਦਾ ਤੁਹਾਨੂੰ ਨਹੀਂ ਪਤਾ ਨਹੀਂ ਆ ਹੁਣੇ ਮਾੜੇ ਜਿਹਾ ਮੋਬਾਈਲ ਤੇ ਗੂਗਲ ਖੋਲ ਕੇ ਨਾ ਤੇ ਮਾੜੇ ਜਿਹਾ ਕੰਜਰ ਲਿਖੋ ਦੇਖੀ 150 ਬੰਦੇ ਇਦਾਂ ਦੇ ਦੀ ਫੋਟੋ ਆ ਜਾਣੀ ਤੇ ਜਿਹੜਾ ਮੇਨ ਹੋਣਾ ਵਾ ਉਹਦੇ ਮੋਢੇ ਤੇ ਚਿੱਟੇ ਰੰਗ ਦਾ ਸਾਫਾ ਆ ਤੂੰ ਲੈ ਹੀ ਲੈ ਤਾਂ ਸਾਰੀ ਗੱਲ ਸਾਫੇ ਤੇ ਪਾਈ ਜਾਂਦਾ ਅੱਛਾ ਆਪਣੇ ਮਾਂ ਪਿਓ ਤੇ ਪਰਚਾ ਕਰਾਤਾ ਇਹਨੇ ਕਿਉਂ ਕਹਿੰਦਾ ਜੀ ਜਦੋਂ ਕਮਰੇ 'ਚ ਜਾਂਦੇ ਨਾ ਸੋਸ਼ਲ ਡਿਸਟੈਂਸ ਦਾ ਖਿਆਲ ਨਹੀਂ ਰੱਖਦੇ ਸਾਲਾ 20 ਵਾਲੀ ਤੁਸੀਂ ਬਣਿਆ ਅੱਜ ਹੈ देखिए आप खूबसूरत हैं वैसे आज मेरे पेट में दर्द हो रही है हो रही है दर्द हो रही है ओ तुम मामू बनने वाले हो जड़ी गल करनी हो हैगा ही सच्चा बाबा ही पेट च बच्चा तो पेट च ही हुंदा और गल के च निकल आंदा है बंदा देखिए जी आप फैसलाबाद में लोग आपसे प्यार करते हैं अल्लाह का शुक्र फैसलाबाद के बाहर भी करते हैं आपसे प्यार अल्लाह दा जी बार बार मैडम तुसी 16 साल कहीं सच्ची मुची लोग मैं इस काबिल नहीं हैगी लोग जिन्ना मेनू प्यार करदे ने मेरे रब दी रहमत माशाल्लाह जी माशाल्लाह ਕਿਹੜੇ ਟਾਈਮ
ਦੋ ਤਿੰਨ ਵਾਰੀ ਬੜਾ ਹੁੰਦਾ ਸਾਡੇ ਕੋਲ ਤਾਂ ਇੱਕ ਵਾਰੀ ਨਾ ਆਟੋ ਮੁੜ ਕੇ ਤੁਰਿਆ ਨਹੀਂ ਜਾਂਦਾ ਤੈਨੂੰ ਸੁੱਕੀ ਚਾਹੀਦੀ ਤੂੰ ਉੱਤੇ ਚੌਲ ਪਾ ਕੇ ਖਾਣੇ ਦੀ ਤਾਂ ਮੈਂ ਨਹੀਂ ਪਾਉਂਦਾ ਭਾਈ ਤੂੰ ਤੇ ਜਿਹੜਾ ਦਲੀਆ ਪਾ ਲਾ ਉੱਤੇ ਜਿਹੜਾ ਪਾਉਂਦਾ ਮੈਡਮ ਤੁਹਾਨੂੰ ਕਿੰਨੀ ਦੇਰ ਹੋ ਗਈ ਵੈਸੇ ਤੇ 16 ਸਾਲ ਹੋ ਗਏ ਨੇ 16 ਸਾਲ ਮਾਸ਼ਾਅੱਲਾ ਤੁਹਾਨੂੰ ਅੱਲਾ ਹੋਰ ਜ਼ਿੰਦਗੀ ਦੇਵੇ ਮਗਰ ਇੱਕ ਗੱਲ ਸੋਚੋ ਮੇਰਾ ਤੇ ਸੋਚੀ ਸ਼ੋ ਵਿੱਚ ਮੈਨੂੰ 16 ਸਾਲ ਹੋ ਗਏ ਮੈਂ ਟਾਈਮ ਨਾਲ ਵਿਆਹ ਕਰਕੇ ਬੱਚਾ ਜਮੇ ਮੇਰੀ ਤੇ ਧੀ ਜਵਾਨ ਹੋ ਜਾਣੀ ਸੀ ਮੈਂ ਅੱਗੋਂ ਰਿਸ਼ਤਾ ਲੱਭ ਰਿਹਾ ਚਲੋ ਹੁਣ ਜੇ ਪੁੱਤਰ ਵੀ ਤਾਂ ਜਵਾਨ ਹੋ ਹੀ ਗਿਆ ਇਹ ਤੁਹਾਡੀਆਂ ਸਹਾਰਾ ਬਣਨਾ ਇਹਨੇ ਇਹ ਤੁਹਾਡਾ ਏਦਾਂ ਦਾ ਸਹਾਰਾ ਬਣਨਾ ਇਹਨੇ ਕਮਰੇ 'ਚ ਤੁਹਾਨੂੰ ਪਾ ਕੇ ਤੇ ਤਮਾਸ਼ਬੀ ਨੂੰ ਬਾਰਕ ਆਇਓ ਭਾਈ ਆਇਓ ਆਇਓ ਇਹ ਤੁਸੀਂ ਜੋ ਮਰਜ਼ੀ ਕਰ ਲਓ ਮਾਸ਼ਾਅੱਲਾ ਜਿੱਥੇ ਮਰਜ਼ੀ ਫਿਰੋ 16 ਸਾਲ 'ਚ ਪੂਰਾ ਫੈਸਲਾਬਾਦ ਫਿਰਿਆ ਹੋਣਾ ਤੁਸੀਂ ਮਗਰ ਤੁਹਾਨੂੰ ਇੱਕ ਰਿਕੁਐਸਟ ਹੈ ਤੁਹਾਡੇ ਅੱਗੇ ਤੁਸੀਂ ਕਾਬਲ ਇੱਜ਼ਤ ਹੋ ਸਾਡੇ ਲਈ ਤੁਸੀਂ ਘੰਟਾ ਘਰ ਨਹੀਂ ਉੱਥੇ ਜਾਣਾ ਫਿੰਗਰ ਵਰਕ ਉਧਰ ਰਸਤੇ ਬਤਾਏ ਜਾਂਦੇ ਹੈ ਕੈਸੇ ਇਹ ਕਚਹਿਰੀ ਬਾਜ਼ਾਰ ਹੈ ਇਹ ਮਿੰਟ ਗੁਮੜੀ ਬਾਜ਼ਾਰ ਹੈ ਇਹ ਝੰਗ ਬਾਜ਼ਾਰ ਹੈ ਆਹ ਘੰਟਾ ਘਰ ਆਪਣੇ ਰੇਲ ਬਾਜ਼ਾਰ ਦੀ ਤਰਫ ਜਾ ਕਰੋ ਤਾਂ ਨੂੰ ਆਉਣ ਲੱਗ ਪਿਆ ਵਾ ਤੇ ਕੋਈ ਗੱਲ ਨੀ ਸਾਰਿਆ ਤੂੰ ਤੇ ਮੂੰਹ ਰੱਖ ਲਾ ਜੀ ਕੀ ਕਰ ਰਹੇ ਤੁਸੀਂ ਚੋਰਾਂ ਨਾਲ ਜਾਇਆ ਕਰੋ ਉਹਨੂੰ ਕੰਧਾਂ ਨੂੰ ਪਾਇਆ ਕਰੋ ਤੁਸੀਂ ਨੌਕ ਗਿਆ ਤੁਸੀਂ ਨੌਕ ਗਿਆ ਜਿਸ ਦਿਨ ਕੋਈ ਚੰਗਾ ਚੋਰ ਚੜ ਗਿਆ ਤਾਂ ਉਹਨੂੰ ਉੱਥੇ ਹੀ ਅੜ ਜਾਣਾ ਮੁੜ ਕੇ ਕੱਲਾ ਡੁਸਮ ਡੁਸਮ ਹੋਣਾ ਚੋਰ ਉੱਥੇ ਹੀ ਆ ਤੁਹਾਡੀ ਖੂਬਸੂਰਤੀ ਦਾ ਫਿਟਨੈਸ ਦਾ ਰਾਜ਼ ਕੀ ਹੈ ਹਰਾਮ ਨਹੀਂ ਖਾਧਾ ਇਹਨਾਂ ਨੇ ਸਹੀ ਗੱਲ ਹੈ ਭਾਈ ਜਿਹੜੀਆਂ ਔਰਤਾਂ ਹਰਾਮ ਖਾਂਦੀਆਂ ਨੇ ਨਾ ਉਹਨਾਂ ਦੇ ਸਾਬਾ ਲਾ ਲਾ ਸਾਬਾ ਲਾ ਲਾ ਸਾਬਾ ਜਦੋਂ ਹੁੰਦਾ ਸੀ ਨਾ ਗੁਰੂ ਪੜੂ ਪਾੜੂ ਬੜੂ ਪਾ ਇੱਕ ਔਰਤ ਨੇ ਗੁਰੂ ਪੜੂ ਪਾ ਕੀਤਾ ਉਹ ਚ ਹੁਣ ਇੱਕ ਮੁੰਡਾ ਚੰਗੀ ਹੁੰਦਾ ਜੀ ਤੁਸੀਂ ਮੈਡਮ ਨੂੰ ਬੜੀ ਦੇਰ ਤੋਂ ਜਾਣੀ ਰਸ਼ ਦਾ ਕੰਮ ਕਰ ਰਹੇ ਮੈਂ ਬੜੀ ਦੇਰ ਦਾ ਮੇਰਾ ਹੁਣ ਫਿਰ ਦਿਲ ਕਰਨ ਦਿਆ ਵੀ ਕੰਮ ਕਰ ਲਵਾਂ ਕਾਫੀ ਦੇਰ ਹੋ ਗਈ ਮੈਂ ਨਹੀਂ ਕੰਮ ਕੀਤਾ ਨਾ ਅੱਛਾ ਜੀ ਕਿਉਂਕਿ ਲਾਹੌਰ ਚਲੇ ਗਏ ਫਿਰ ਇੰਨੀ ਦੂਰੋਂ ਤਾਂ ਨਹੀਂ ਨਾ ਕੰਮ ਹੁੰਦਾ ਤੁਹਾਨੂੰ ਕਿਹਦਾ ਮਜ਼ਾ ਆਇਆ ਜਦੋਂ ਤੁਸੀਂ ਰਾਸ਼ਾ ਸਾਹਿਬ ਨਾਲ ਕੰਮ ਕੀਤਾ ਜਦੋਂ ਇਹਨਾਂ ਨੇ ਬਾਅਦ ਚ ਬੁਰਜ ਕੀਤਾ ਨਾ ਇਹਦੀਆਂ ਗੱਲਾਂ ਦਾ ਜਵਾਬ ਦਿਆ ਹੈ ਮੈਡਮ ਮੇਰੀ ਗੱਲ ਨਹੀਂ ਸਮਝ ਰਹੇ ਕਿ ਤੁਸੀਂ ਆਪ ਕਰ ਰਹੇ 16 ਪਰਫਾਰਮੈਂਸ ਕਰਤੀ ਹੈ ਨਾ ਆਪ ਤਾਂ ਉਹ ਪਰਫਾਰਮੈਂਸ ਕਰਨੇ ਦਾ ਫੈਸਲਾਬਾਦ ਆਤੀ ਹੂੰ ਕਰਤੀ ਹੂੰ ਜਬ ਵੀ ਫੈਸਲਾਬਾਦ ਆਤੀ ਹੈ ਕਰਤੀ ਹੂੰ ਹੁਣ ਨਹੀਂ ਕਰਨਾ ਕਿਉਂ ਨਹੀਂ ਕਰਨਾ ਸੱਚੀ ਮੁੱਚੀ ਇੱਕ ਔਰਤ ਨੇ ਨਾ ਕੀਤਾ ਸੀ ਕੀ ਉਹਦੇ ਵਿੱਚ ਆ ਲਈ ਰੱਖ ਆ ਦੇਖ ਆਪਣੀ ਬੇਗਮ ਨੂੰ ਲੈ ਕੇ ਨਾ ਟੂਲ ਪਲਾਜ਼ੇ ਤੇ ਚਲਾ ਗਿਆ ਫਿਰ ਉਹ ਜਿਹੜਾ ਡੰਡਾ ਨਹੀਂ ਉੱਪਰ ਨੂੰ ਕਰਦੇ ਉਹਦੇ ਥੱਲੇ ਖੜਾ ਕਰਤਾ ਕਹਿੰਦਾ ਮੇਰੀ ਗੱਲ ਨਹੀਂ ਮੰਨਦੇ ਤੇ ਦੋ ਤਿੰਨ ਸਿਰ ਚ ਮਾਰੀ ਜਾ ਔਰ ਸੱਚੀ ਮੁੱਚੀ ਮੈਡਮ ਜੀ ਸੱਚੀ ਮੁੱਚੀ ਤੁਸੀਂ ਇਹਨੂੰ ਆਮ ਨਾ ਸਮਝੋ ਹਾਂਜੀ ਇਹ ਰਾਸ਼ਦ ਕਮਾਲ ਬੜਾ ਅਹਿਮ ਬੰਦਾ ਵਾ ਜੋਲੇ ਸ਼ਾਹ ਦੇ ਤੁਸੀਂ ਜੋਲੇ ਸ਼ਾਹ ਦੇ ਚੂਹੇ ਵੇਖੇ ਉਹਨਾਂ ਚਾਰਾਂ ਨੇ ਪੰਜੀ ਪੰਜੀ ਪਾ ਕੇ ਮਸ਼ੂਕ ਰੱਖੀ ਆ ਮੈਂ ਤੜਾਵਾ ਕਰਦਾ ਤੂੰ ਬਾਅਦ ਚੋਂ ਛਮਕੌਲਾ ਕਰਨਾ ਵਾ ਤੈਨੂੰ ਦੱਸਿਆ ਤੂੰ ਕਿੱਦਾਂ ਖਪਦੀ ਰਹੀ ਕਦੇ ਹਾਏ ਅੱਲਾ ਨੀ ਮੈਂ ਕੁਛ ਖਾਧੀ ਸੀ ਮੇਰੀ ਅੰਮੀ ਦਾਈ ਸੀ ਨਾ ਹਾਂ ਹੁਣ ਮੇਰੀ ਭਰਜਾਈ ਆ
वैसे कहना जिन्हें तुम खूबसूरत हो कहना थोड़ी नजर एक शेर है मैडम कहना मैं चढ़िया लारी अड्डे तो मेरे नाल हसीना बह गई मैं चढ़िया लारी अड्डे तो मेरे नाल हसीना बह गई फिर दिल नाल दिल मिलिया नाल अखा अखा विच कुछ कह गई मैं झाल उत्ते उतर गया मेरी जेब दी भैन नूं अपने पिछे शीशा रख के हिरस करता हुंदा डैडी नाल शेर है जी पागला आ शेर हुंदा ही नामा वाला ऐ शेर ही आ देख ਕਿਉਂ ਦੇ ਹੋਂਟ ਗੁਲਾਬ ਤਾਂ ਸੋਹਣੇ ਹਨ ਜਦੋਂ ਵੇਖਦਾ ਹਾਰ ਠਰ ਜਾਂਦਾ ਉਹਦੇ ਮੁਖੜੇ ਵਾਂਗੂ ਲੱਗਦਾ ਹੈ ਜਦੋਂ ਸੂਰਜ ਸ਼ਾਮ ਕੋ ਘਰ ਜਾਂਦਾ ਤੇ ਜਦੋਂ ਖੋਲਦਾ ਹੈ ਉਹ ਜ਼ੁਲਫਾਂ ਕੋ ਜਗ ਮਹਿਕ ਹਿਨਾ ਨਾਲ ਤਰ ਜਾਂਦਾ ਹੈ ਯਾਰ ਫਲਕ ਦਾ ਇੰਜ ਸੋਹਣਾ ਬੰਦਾ ਵੇਖਦਾ ਵੇਖਦਾ ਮਰ ਜਾਂਦਾ ਲਓ ਜੀ ਇਹ ਸ਼ੇਰ ਤੋਂ ਬਾਅਦ ਸਾਰੇ ਭਰਾਵਾਂ ਨੇ ਰਲ ਕੇ 100-100 ਰੁਪਈਆ ਇਸ ਮੁੰਡੇ ਨੂੰ ਦੇਣਾ ਇਹਦੀ ਅੰਮੀ ਦਾ ਕੋਠਾ ਜ਼ੇਰੇ ਤੇ ਮੇਰਾ ਦੇਖੋ ਸੀਮਟ ਦਾ ਇੰਤਜ਼ਾਮ ਹੋ ਗਿਆ ਦੇਖੋ ਸਰੀਆ ਕਿਹੜਾ ਦਿੰਦਾ ਬੰਦਾ ਵੇਖਦਾ ਵੇਖਦਾ ਮਰ ਜਾਂਦਾ ਬੰਦਾ ਵੇਖਦਾ ਵੇਖਦਾ ਮਰ ਜਾਂਦਾ ਇਹਨਾਂ ਦਾ ਘਰ ਇਹਦਾ ਬੂਹਾ ਬੰਦ ਸੀ ਬੰਦਾ ਫੇਰ ਵੀ ਵੜਦਾ ਵੜਦਾ ਵੜ ਜਾਂਦਾ ਵਾਹ 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 ਓਏ ਹੋਏ ਜਿਹਦਾ ਨਹੀਂ ਵੀ ਦਿਲ ਕਰਦਾ ਉਹ ਵੀ ਕਰਦਾ ਕਰਦਾ ਕਰ ਜਾਂਦਾ ਉਹ ਤਾਂ ਫਿਰ ਚੜਦਾ ਚੜਦਾ ਚੜ ਜਾਂਦਾ ਇਹ ਤਾਂ ਉਹੀ ਗੱਲ ਹੋ ਗਈ ਕਹਿੰਦਾ ਤੇਰੇ ਸੀਨੇ ਉੱਤੇ ਦੋ ਵਕੀਲ ਆਇਆ ਤੇ ਤੇਰੇ ਮੋਢੇ ਉੱਤੇ ਇੱਕ ਸਾਵਾ